ਦਾ ਘੋੜਾ ਤਰਬ ਗਿਆ, ਆਵੇ ਦੇ ਵਿੱਚ ਜਾ ਵੜਿਆ। ਇਹਦੇ ਆਪਣੇ ਕੁਹਾੜੇ ਦੇ ਨਾਲ ਆਪਣਾ ਹੀ ਸਿਰ ਇਹਦਾ ਕੱਟਿਆ ਗਿਆ, ਜਿਉਂਦਾ ਹੀ ਸੜ ਗਿਆ। ਉਹਦੇ ਪ੍ਰਤਾਪ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ, ਕਿਉਂਕਿ ਸਾਧ ਸੰਗਤ ਜੀ ਗੁਰਬਾਣੀ ਜਿੱਥੇ ਸਾਨੂੰ ਗਿਆਨ ਦਿੰਦੀ ਹੈ, ਜਿੱਥੇ ਨਾਮ ਦਿੰਦੀ ਹੈ, ਉੱਥੇ ਗੁਰਬਾਣੀ ਸਾਨੂੰ ਇਤਿਹਾਸ ਵੀ ਦਿੰਦੀ ਹੈ। ਗੁਰਬਾਣੀ ਦੇ ਵਿੱਚ ਇਤਿਹਾਸ ਵੀ ਹੈ। ਹੁਣ ਕਈ ਵੀਰ ਕਹਿ ਦਿੰਦੇ ਨੇ ਜੀ ਤੁਸੀਂ ਸਾਖੀਆਂ ਸੁਣਾਈ ਜਾਂਦੇ ਹੋ, ਜੇ ਮਹਾਰਾਜ ਨੇ ਬਾਣੀ ਵਿੱਚ ਲਿਖੀਆਂ ਫਿਰ ਸੁਣਾਉਣ ਵਿੱਚ ਕੀ ਹਰਜ ਹੈ। ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀਆਂ ਹਨ, ਸਾਖੀਆਂ ਬਹੁਤ ਸਾਰੀਆਂ ਲਿਖੀਆਂ, ਕੋਈ ਇੱਕ ਨਹੀਂ ਲਿਖੀ। ਆਪਣੇ ਸਮੇਂ ਦੀਆਂ ਵੀ ਸਤ ਯੁੱਗ ਦੇ ਸਮੇਂ ਸਾਡੇ ਕੋਲ ਪੁੱਜੇ ਹੋਏ।